ਮੁੰਬਈ ਸ਼ਹਿਰ 'ਚ ਇੰਡੀਆ ਦੀ ਸਭ ਤੋਂ ਮਹਿੰਗੀ ਪ੍ਰੋਪਰਟੀ ਮਾਰਕੀਟ ਆ, ਅਤੇ ਜਿਹੜਾ ਮੁੰਬਈ ਸ਼ਹਿਰ ਆ ਇਹ ਤਿੰਨੇ ਸਾਈਡਾਂ ਤੋਂ ਹੈ ਨਾ ਸਮੁੰਦਰ ਨਾਲ ਘਿਰਿਆ ਹੋਇਆ, ਤਾਂ ਹੀ ਫਿਰ ਉੱਥੇ ਮਲਟੀ ਸਟੋਰੀ ਘਰ ਹੀ ਬਣਾਏ ਜਾਂਦੇ ਆ ਅਤੇ ਬੰਦਿਆਂ ਨੂੰ ਫਲੈਟਾਂ 'ਚ ਹੀ ਰਹਿਣਾ ਪੈਂਦਾ, ਅਤੇ ਫਲੈਟ ਵੀ ਜਿਹੜੇ ਇੰਨੇ ਮਹਿੰਗੇ ਆ ਕਿ ਤੁਹਾਨੂੰ ਕੀ ਦੱਸੀਏ। ਮੁੰਬਈ 'ਚ 100 ਗਜ਼ ਜ਼ਮੀਨ ਲੈਣ 'ਚ ਵੀ ਕਈਆਂ ਦੀ ਪੂਰੀ ਜ਼ਿੰਦਗੀ ਨਿਕਲ ਜਾਂਦੀ ਆ, ਅਤੇ ਕਈ ਲੋਕਾਂ ਦੀਆਂ ਤਾਂ 2-3 ਪੀੜ੍ਹੀਆਂ ਲੱਗ ਜਾਂਦੀਆਂ, ਉਹ ਤਾਂ ਵੀ ਮੁੰਬਈ 'ਚ 100 ਗਜ਼ ਜ਼ਮੀਨ ਵੀ ਨਹੀਂ ਲੈ ਪਾਉਂਦੇ। ਹੁਣ ਇਮੈਜਿਨ ਕਰੋ ਵੀ ਉਹੀ ਮੁੰਬਈ ਸ਼ਹਿਰ 'ਚ ਇੱਕ ਪਰਿਵਾਰ ਕੋਲ ਇੰਨੀ ਜ਼ਿਆਦਾ ਜ਼ਮੀਨ ਆ ਕਿ ਉੱਥੇ ਉਹ 100 ਗਜ਼ ਦੇ 1,64,000 ਘਰ ਬਣਵਾ ਸਕਦਾ, ਪੂਰੇ 3400 ਕਿੱਲੇ, ਅਤੇ 1 ਕਿੱਲੇ 'ਚ ਮੰਨ ਲਓ 4800 ਗਜ਼ ਹੁੰਦੇ ਆ, ਮੋਟੇ ਮੋਟੇ ਤੁਸੀਂ 500 ਗਜ਼ ਮੰਨ ਲਓ, ਅਤੇ ਇਹਦੀ ਜੇ ਆਪਾਂ ਅੱਜ ਦੇ ਟਾਈਮ 'ਚ ਮਾਰਕੀਟ ਵੈਲਿਊ ਕੱਢੀਏ ਤਾਂ ਉਹ 4,00,000 ਕਰੋੜ ਤੋਂ ਵੀ ਜ਼ਿਆਦਾ ਆ। ਇਹ ਜ਼ਮੀਨ ਇੰਨੀ ਜ਼ਿਆਦਾ ਵਾ, ਇਹਨੂੰ ਤੁਸੀਂ ਐਂ ਸਮਝੋ, ਊਂ ਤਾਂ ਜਿਹੜਾ ਮੁੰਬਈ ਆ ਉਹ 1,00,000 ਕਿੱਲੇ 'ਚ ਫੈਲਿਆ ਹੋਇਆ ਵਾ, ਪਰ 1,00,000 ਕਿੱਲੇ 'ਚੋਂ ਉੱਥੇ ਜਿਹੜੀ ਰਹਿਣ ਜੋਗੀ ਜਗ੍ਹਾ ਵਾ ਉਹ ਸਿਰਫ 34,000 ਕਿੱਲੇ ਹੀ ਆ, ਅਤੇ ਉਹਨਾਂ 34,000 ਕਿੱਲਿਆਂ 'ਚੋਂ ਇੱਕ ਪਰਿਵਾਰ ਕੋਲ 3400 ਕਿੱਲੇ ਆ, ਮਤਲਬ ਕਿ ਪੂਰਾ ਮੁੰਬਈ ਆ ਜਿਹੜਾ ਟੋਟਲ ਉਹਦਾ 10% ਹਿੱਸਾ ਸਿਰਫ ਇੱਕ ਪਰਿਵਾਰ ਕੋਲ ਆ। ਬੰਬੇ ਇੰਡੀਆ 'ਚ ਪਾਪੂਲੇਸ਼ਨ ਦੇ ਹਿਸਾਬ ਨਾਲ ਦਿੱਲੀ ਤੋਂ ਬਾਅਦ 2 ਨੰਬਰ 'ਤੇ ਆਉਂਦਾ ਵਾ, ਅਤੇ ਪੂਰੇ ਵਰਲਡ 'ਚ ਇਹ 8 ਨੰਬਰ 'ਤੇ ਆਉਂਦਾ ਵਾ, ਅਤੇ ਇੱਥੇ 2 ਕਰੋੜ ਤੋਂ ਵੀ ਵੱਧ ਜਾਣੇ ਰਹਿੰਦੇ ਆ। ਮੁੰਬਈ 'ਚ ਇੰਨੀ ਜ਼ਿਆਦਾ ਜ਼ਮੀਨ ਸਿਰਫ ਇੱਕ ਪਰਿਵਾਰ ਕੋਲ ਕਿਵੇਂ ਆ, ਇਹ ਚਮਤਕਾਰ ਕਿਵੇਂ ਹੋਇਆ, ਅਤੇ ਜੇ ਉਹਦੇ ਕੋਲ ਇੰਨੀ ਸਾਰੀ ਜ਼ਮੀਨ ਆ ਤਾਂ ਹੁਣ ਤੱਕ ਉਹਨੇ ਇਸ ਜ਼ਮੀਨ ਦਾ ਕੀ ਕੀਤਾ, ਅਤੇ ਅੱਗੇ ਜਾ ਕੇ ਉਹ ਇਸ ਜ਼ਮੀਨ 'ਤੇ ਕੀ ਕਰੂਗਾ। ਇੱਥੇ ਤਾਂ ਜਦੋਂ 100 ਗਜ਼ ਦੇ ਟੁਕੜੇ ਪਿੱਛੇ 2 ਭਰਾ ਆਪਸ 'ਚ ਲੜ ਪੈਂਦੇ ਆ ਤਾਂ ਇੰਨੀ ਜ਼ਿਆਦਾ ਜ਼ਮੀਨ ਪਿੱਛੇ ਕੋਈ ਪੰਗੇ ਨਹੀਂ ਪਏ ਹੋਣਗੇ, ਜੇ ਪੰਗੇ ਪਏ ਆ ਤਾਂ ਉਹ ਕਿਹੜੀ ਗੱਲ ਪਿੱਛੇ ਪਏ ਆ। ਤਾਂ ਆ ਜਾਓ ਫਿਰ ਜਾਣਦੇ ਹਾਂ ਬੰਬੇ ਦੀ ਇਹ ਕਹਾਣੀ, ਇੰਨੀ ਵੱਡੀ ਪ੍ਰੋਪਰਟੀ ਦੀ ਕਹਾਣੀ ਕਿੱਥੋਂ ਸ਼ੁਰੂ ਹੋਈ ਅਤੇ ਕਿੱਥੇ ਜਾ ਕੇ ਖਤਮ ਹੋਊਗੀ, ਅਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਇਸ ਵੀਡੀਓ 'ਚੋਂ ਮੁੰਬਈ ਨਾਲ ਜੁੜੇ ਹੋਏ 2 ਬਹੁਤ ਇੰਟਰਸਟਿੰਗ ਫੈਕਟਸ ਵੀ ਦੱਸੂਗਾ ਜਿਹਨੂੰ ਸੁਣ ਕੇ ਤੁਸੀਂ ਸ਼ੌਕ ਹੋ ਜਾਓਗੇ। ਤਾਂ ਫਿਰ ਬਾਈ ਆ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ, ਅਤੇ ਹਜੇ ਤੱਕ ਜੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੇਕ ਪੰਜਾਬੀ ਸਟੇਟ ਨੂੰ ਸਬਸਕ੍ਰਾਈਬ ਕਰ ਲਿਓ। ਸਭ ਤੋਂ ਪਹਿਲਾਂ ਤਾਂ ਆਪਾਂ ਸਸਪੈਂਸ ਖਤਮ ਕਰ ਦਿੰਦੇ ਹਾਂ। ਇਹ ਜਿਹੜੇ ਪਰਿਵਾਰ ਕੋਲ 3400 ਕਿੱਲੇ ਆ ਇਹ ਆ ਗੋਦਰੇਜ ਫੈਮਿਲੀ, ਅਤੇ ਗੋਦਰੇਜ ਫੈਮਿਲੀ ਵਾਲੇ ਤੁਸੀਂ ਜਾਣਦੇ ਹੀ ਹੋਵੋਗੇ ਵੀ ਇਹ ਕਾਫੀ ਜਗ੍ਹਾ 'ਤੇ ਕਾਫੀ ਬਿਜ਼ਨਸ 'ਚ ਬਹੁਤ ਜ਼ਿਆਦਾ ਫੇਮਸ ਆ, ਅਤੇ ਆ ਜੋ ਹੁਣ ਆਪਾਂ ਇਹਦੀ ਫੁੱਲ ਸਟੋਰੀ ਜਾਣਦੇ ਹਾਂ। ਮੁੰਬਈ ਉੱਤੇ 1534 ਤੋਂ 1662 ਤੱਕ ਪੁਰਤਗਾਲ ਦਾ ਕਬਜ਼ਾ ਸੀ, ਅਤੇ ਜਦੋਂ 1662 'ਚ ਰਾਜਕੁਮਾਰੀ ਕੈਥਰੀਨ ਦਾ ਵਿਆਹ ਇੰਗਲੈਂਡ ਦੇ ਰਾਜਕੁਮਾਰ ਚਾਰਲਸ 2 ਨਾਲ ਹੋਇਆ ਤਾਂ ਮੁੰਬਈ ਸ਼ਹਿਰ ਉਦੋਂ ਉਹਨੂੰ ਦਾਜ 'ਚ ਦਿੱਤਾ ਗਿਆ ਸੀਗਾ। ਤੁਸੀਂ ਸੋਚਦੇ ਹੋਵੋਗੇ ਵੀ ਸੋਨੇ ਚਾਂਦੀ ਦਾ ਸੁਣਿਆ, ਪੂਰਾ ਸ਼ਹਿਰ ਹੀ ਦਾਜ 'ਚ ਦਿੱਤਾ, ਪਰ ਉਹ ਟਾਈਮ ਹੀ ਅਲੱਗ ਸੀ ਬਾਈ, ਉਦੋਂ ਇਹ ਸ਼ਹਿਰ ਇੰਨਾ ਵਸਿਆ ਹੀ ਨਹੀਂ ਸੀਗਾ, ਇੰਨਾ ਵੱਡਾ ਨਹੀਂ ਸੀਗਾ, ਤਾਂ ਫਿਰ ਰਾਜਕੁਮਾਰ ਨੇ ਸੋਚਿਆ ਵੀ ਇਹ ਟਾਪੂਆਂ ਨੂੰ ਕੌਣ ਸਾਂਭੂਗਾ, ਅਤੇ ਇਹ ਸੋਚ ਕੇ ਫਿਰ ਉਹਨੇ ਈਸਟ ਇੰਡੀਆ ਕੰਪਨੀ ਨੂੰ ਇਹ ਪੂਰਾ ਸ਼ਹਿਰ ਰੈਂਟ 'ਤੇ ਦੇਤਾ। ਤੁਸੀਂ ਸੋਚਦੇ ਹੋਵੋਗੇ ਬੰਬੇ 'ਚ ਜਿੱਥੇ ਇੱਕ ਫਲੈਟ ਲੈਣ 'ਚ ਬੰਦੇ ਦੀ ਸਾਰੀ ਜ਼ਿੰਦਗੀ ਨਿਕਲ ਜਾਂਦੀ ਆ, ਉਹਨੂੰ ਕਦੇ ਕੋਈ ਦਾਜ 'ਚ ਦੇ ਦਿੰਦਾ, ਕਦੇ ਉਹਨੂੰ ਰੈਂਟ 'ਤੇ ਚੜ੍ਹਾ ਦਿੰਦਾ। ਫਿਰ ਈਸਟ ਇੰਡੀਆ ਕੰਪਨੀ ਨੇ ਮੁੰਬਈ ਦਾ ਜਿਹੜਾ ਬੰਦਰਗਾਹ ਵਾ ਉਹਨੂੰ ਡਿਵੈਲਪ ਕਰਨ ਦਾ ਸੋਚਿਆ, ਅਤੇ ਮੁੰਬਈ ਦੀ ਇੱਕ ਸਿਟੀ ਅਤੇ ਸਿਟੀ ਦਾ ਇੱਕ ਹਿੱਸਾ ਬਿਖਰੋਲ ਜਿਹੜਾ ਕਿ 3000 ਏਕੜ ਦਾ ਸੀਗਾ ਉਹਨੂੰ ਇੱਕ ਪਾਰਸੀ ਬਿਜ਼ਨਸਮੈਨ ਨੂੰ ਵੇਚਤਾ ਜਿਹਦਾ ਨਾਮ ਫਰਾਮਜੀ ਬਨਾਜੀ ਸੀਗਾ, ਅਤੇ ਉਹ ਚਾਈਨਾ ਨਾਲ ਵਪਾਰ ਕਰਦਾ ਸੀ। ਫਿਰ ਕਿਸੇ ਗੱਲੋਂ ਇਹ ਜਿਹੜੀ ਮੁੰਬਈ ਦੀ ਸਾਰੀ ਜ਼ਮੀਨ ਸੀਗੀ ਉਹ ਹਾਈ ਕੋਰਟ ਪਹੁੰਚ ਗਈ, ਅਤੇ ਹਾਈ ਕੋਰਟ ਨੇ ਇਹ ਵਾਲੀ ਜ਼ਮੀਨ ਦੀ ਨਿਲਾਮੀ ਕਰਾਤੀ, ਅਤੇ ਨਿਲਾਮੀ ਕਰਾਉਣ ਤੋਂ ਬਾਅਦ ਇਹ ਜ਼ਮੀਨ ਫਿਰ ਇੱਕ ਕਿਸੇ ਪਾਰਸੀ ਬਿਜ਼ਨਸਮੈਨ ਨੇ ਖਰੀਦ ਲਈ ਜਿਨ੍ਹਾਂ ਦਾ ਨਾਮ ਸੀ ਫਿਰੋਜ਼ ਸ਼ਾਹ ਗੋਦਰੇਜ। ਉਹਨਾਂ ਨੇ 3000 ਏਕੜ ਤਾਂ ਹਾਈ ਕੋਰਟ ਤੋਂ ਖਰੀਦ ਲਈ ਜ਼ਮੀਨ, ਅਤੇ 400 ਏਕੜ ਹੋਰ ਉਹਨਾਂ ਨੇ ਖਰੀਦ ਲਈ ਕਿਸੇ ਹੋਰ ਪਾਸਿਓਂ, ਅਤੇ ਐਂ ਫਿਰ ਰਲਾ ਮਿਲਾ ਕੇ ਉਹਨਾਂ ਨੇ 3400 ਏਕੜ ਬਣਾ ਲਏ। ਜਿਹੜੇ ਫਿਰੋਜ਼ ਸ਼ਾਹ ਗੋਦਰੇਜ ਸੀਗੇ ਉਹ ਜਿਹੜੀ ਗੋਦਰੇਜ ਕੰਪਨੀ ਆ ਉਹਦੇ ਮੇਨ ਫਾਊਂਡਰ ਸੀਗੇ, ਜਿਨ੍ਹਾਂ ਨੇ ਤਾਲਾ ਬਣਾਇਆ, ਅਲਮਾਰੀਆਂ ਬਣਾਈਆਂ ਤੁਸੀਂ ਦੇਖਦੇ ਹੀ ਹੋਵੋਗੇ, ਅਤੇ ਜਿਹੜੇ ਅਰਦੇਸ਼ੀਰ ਗੋਦਰੇਜ ਆ ਉਹ ਇਹਨਾਂ ਦੇ ਸਕੇ ਭਰਾ ਸੀਗੇ। ਅਤੇ ਹੁਣ ਆਪਾਂ ਗੱਲ ਕਰਦੇ ਹਾਂ ਲੈਂਡ ਦੀ, ਕਿ ਲੈਂਡ ਦਾ ਜਿਹੜਾ ਕੀ ਰੌਲਾ ਸੀ, ਕਿਹਨਾਂ ਦੇ ਵਿੱਚ ਰੌਲਾ ਸੀ, ਅਤੇ ਹੁਣ ਇਸ ਜ਼ਮੀਨ ਦਾ ਕੀ ਸਟੇਟਸ ਆ।
ਦੇਖੋ 3400 ਏਕੜ ਜ਼ਮੀਨ ਆ, ਜਿਹਦੇ 'ਚੋਂ 3000 ਏਕੜ ਜ਼ਮੀਨ ਬਕਰੋਲੀ 'ਚ ਆ ਅਤੇ 400 ਏਕੜ ਜ਼ਮੀਨ ਬਾਂਡੁਬ ਦੇ ਨੇੜੇ ਤੇੜੇ ਆ, ਅਤੇ ਜਿਹੜੀ 3000 ਏਕੜ ਜ਼ਮੀਨ ਆ ਉਹਦੇ 'ਚੋਂ 1750 ਏਕੜ ਜ਼ਮੀਨ 'ਚ ਜੰਗਲ ਬਣ ਗਿਆ, ਅਤੇ ਇਹ ਵਾਲੇ ਜੰਗਲ ਨੂੰ ਕੱਟਣ ਦੀ ਜਿਹੜੀ ਉਹ ਆ ਪਰਮਿਸ਼ਨ ਉਹ ਕਦੇ ਵੀ ਗੌਰਮੈਂਟ ਨਹੀਂ ਦਊਗੀ, ਅਤੇ ਨਾ ਹੀ ਗੋਦਰੇਜ ਫੈਮਿਲੀ ਚਾਹੁੰਦੀ ਆ ਵੀ ਅਸੀਂ ਉਹ ਜੰਗਲ ਸਾਰਾ ਕੱਟ ਕੇ ਜ਼ਮੀਨ ਆਪਦੀ ਕੰਮ ਲਈਏ। ਅਤੇ ਜਿਹੜੇ ਫਿਰ ਬਾਕੀ ਦੇ ਬਚੇ ਕਿੱਲੇ ਆ ਉਹਨਾਂ 'ਚੋਂ 300 ਏਕੜ ਜ਼ਮੀਨ ਤਾਂ ਮਤਲਬ ਉਹਦੇ 'ਤੇ ਕਬਜ਼ਾ ਹੋ ਗਿਆ, ਹੋਰ ਬੰਦੇ ਉੱਥੇ ਝੁੱਗੀਆਂ ਵਗੈਰਾ ਬਣ ਗਈਆਂ, ਅਤੇ ਉਹ ਵੀ ਕਿਸੇ ਪੋਲੀਟੀਕਲ ਕਾਰਨ ਕਰਕੇ ਜਾਂ ਨਾ ਗੋਦਰੇਜ ਫੈਮਿਲੀ ਹਟਾ ਸਕਦੀ ਹੈ ਅਤੇ ਸਰਕਾਰਾਂ ਵੀ ਵਿੱਚ ਇਨਵੋਲਵ ਆ, ਅਤੇ ਤਾਂ ਕਰਕੇ ਉਹ ਵੀ ਖਰਾਬ ਹੋ ਗਈ ਅਤੇ ਬਚੇ ਮਗਰ ਸਿਰਫ 1000 ਕਿੱਲੇ। ਅਤੇ ਬਾਈ ਜਿਹੜੇ 1000 ਏਕੜ ਜ਼ਮੀਨ ਆ ਇਹ ਬਿਕਰੋਲੀ 'ਚ ਫੈਲੀ ਹੋਈ ਆ, ਅਤੇ ਇਹਦਾ ਜੇ ਆਪਾਂ ਸਕੇਅਰ ਫੁੱਟ ਕੱਢੀਏ ਤਾਂ 1000 ਏਕੜ ਇਜ਼ ਇਕਲ ਟੂ 21,90,00,000 ਸਕੇਅਰ ਫੁੱਟ, ਅਤੇ ਇਹਦੀ ਜੇ ਆਪਾਂ ਵੈਲਿਊ ਕੱਢੀਏ ਮਾਰਕੀਟ ਵੈਲਿਊ ਅੱਜ ਦੇ ਟਾਈਮ 'ਚ ਤਾਂ ਮੁੰਬਈ 'ਚ ਹੈਗੀ ਆ 20,000 ਪਰ ਸਕੇਅਰ ਫੁੱਟ ਦਾ ਰੇਟ, ਅਤੇ ਉਹਦੇ ਹਿਸਾਬ ਨਾਲ ਇਹਦੀ ਜਿਹੜੀ ਟੋਟਲ ਜ਼ਮੀਨ ਦੀ ਵੈਲਿਊ ਬਣਦੀ ਆ ਉਹ ਹੈਗੀ ਆ 4,35,000 ਕਰੋੜ ਬਣਦੀ ਆ ਜੰਗਲ ਵਾਲੀ ਸਾਰੀ ਜ਼ਮੀਨ ਜ਼ਮੂਨ ਛੱਡ ਕੇ। ਅਤੇ ਬਾਈ ਗੋਦਰੇਜ ਵਾਲੇ ਕਹਿੰਦੇ ਵੀ ਆਹ ਜੰਗਲ ਵਾਲਾ ਏਰੀਆ ਛੱਡ ਕੇ ਅਤੇ ਜਿਹੜੀ ਜ਼ਮੀਨ 'ਤੇ ਕਬਜ਼ਾ ਹੋ ਗਿਆ ਉਹਨੂੰ ਛੱਡ ਕੇ ਆਪਾਂ ਬਾਕੀ ਦੀ ਜ਼ਮੀਨ ਤਾਂ ਕੰਮ 'ਤੇ ਲਈਏ, ਤਾਂ ਕਰਕੇ ਫਿਰ ਉਹਨਾਂ ਨੇ ਆਪਦੀਆਂ ਕਈ ਫੈਕਟਰੀਆਂ ਜ਼ਰੂਰੀ ਫੈਕਟਰੀਆਂ ਅਤੇ ਆਪਣੇ ਇੰਪਲੋਈਜ਼ ਲਈ ਕਾਫੀ ਉਹਨਾਂ ਨੇ ਉੱਥੇ ਕਮਰਸ਼ੀਅਲ ਪ੍ਰੋਜੈਕਟ ਰੈਜ਼ੀਡੈਂਟ ਪ੍ਰੋਪਰਟੀਆਂ ਉਹ ਸਾਰਾ ਕੁਝ ਉੱਥੇ ਬਣਾਇਆ ਹੋਇਆ ਉਹਨਾਂ ਨੇ ਬਾਕੀ ਦੇ ਏਰੀਏ 'ਚ। ਅਤੇ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਜੇ ਇੰਨਾ ਕੁਝ ਬਣਾ ਲਿਆ ਉਹਨਾਂ ਨੇ ਫਿਰ ਇਹਦੇ 'ਚ ਰੌਲਾ ਕਿਹੜੀ ਗੱਲ ਦਾ ਇਹ ਜ਼ਮੀਨ ਪਿੱਛੇ। ਅਤੇ ਹੁਣ ਤੁਸੀਂ ਸਮਝੋ ਵੀ ਜਿਹੜੇ ਫਿਰੋਜ਼ ਸ਼ਾਹ ਗੋਦਰੇਜ ਨੇ ਉਹਨਾਂ ਦੇ 4 ਬੱਚੇ ਸੀਗੇ, ਉਹਨਾਂ ਦੇ ਅੱਗੇ ਜਿਹੜੇ ਪੋਤੇ ਪੋਤੀਆਂ ਸੀਗੇ ਉਹਨਾਂ 'ਚ ਇਹ ਰੌਲਾ ਚੱਲ ਰਿਹਾ, ਜਿਹਦੇ 'ਚ ਆਦੀ ਗੋਦਰੇਜ ਅਤੇ ਨਾਦਿਰ ਗੋਦਰੇਜ ਇੱਕ ਪਾਸੇ ਆ। ਆਦੀ ਹੁਣੀ ਕਹਿ ਰਿਹਾ ਵੀ ਅਸੀਂ ਦੂਜੇ ਡਿਵਲਪਰਾਂ ਤੋਂ ਵੱਡੇ ਬਣ ਸਕਦੇ ਹਾਂ, ਵੱਡੇ ਬਿਲਡਰ ਬਣ ਸਕਦੇ ਹਾਂ, ਤਾਂ ਕਰਕੇ ਅਸੀਂ ਜਿਹੜੀ ਜੰਗਲ ਵਾਲੀ ਜ਼ਮੀਨ 1000 ਏਕੜ ਉਹ ਛੱਡ ਕੇ ਬਾਕੀ ਦੀ ਜ਼ਮੀਨ 'ਤੇ ਕਾਫੀ ਕੁਛ ਬਣਾ ਸਕਦੇ ਹਾਂ। ਅਤੇ ਦੂਜੀ ਸਾਈਡ ਇਹਦੇ ਖਿਲਾਫ ਆ, ਉਹ ਆਹ ਕੰਮਾਂ 'ਚ ਹੈ ਨਹੀਂ ਕਿ ਵੀ ਅਸੀਂ ਡਿਵਲਪ ਕਰੀਏ ਏਰੀਆ, ਉਹਨਾਂ ਨੂੰ ਆਈ ਹਾਂ ਵੀ ਆਪਾਂ ਜੰਗਲ ਬਣਿਆ ਰਹਿਣ ਦਈਏ ਵੀ ਇਨਵਾਇਰਮੈਂਟ ਫਰੈਂਡਲੀ ਹੋਵੇ ਸਾਰਾ ਕੁਛ। ਅਤੇ ਇਹਦਾ ਇੱਕ ਹੱਲ ਹੋ ਸਕਦਾ ਵੀ ਸਾਰਿਆਂ ਨੇ ਇਕੱਠੇ ਰਲ ਕੇ ਅੱਧੀ ਅੱਧੀ ਜ਼ਮੀਨ ਵੰਡ ਲੈਣ, ਅਤੇ ਅੰਦਰੋਂ ਅੰਦਰੀ ਗੱਲਬਾਤ ਵੀ ਚੱਲ ਰਹੀ ਆ ਵੀ ਐਂ ਵੰਡੀ ਜਾਊਗੀ, ਬਟਵਾਰਾ ਹੋਊਗਾ ਜ਼ਮੀਨ ਦਾ। ਇਹਨਾਂ ਦੇ ਦੋਸਤ ਅਤੇ ਵਕੀਲ ਇਹ ਦੋਨੇ ਚੀਜ਼ਾਂ ਦਾ ਧਿਆਨ ਰੱਖਣ ਵਾਲਾ ਡਿਸੀਜ਼ਨ ਖੋਜ ਰਹੇ ਆ, ਅਤੇ ਮਾਰਕੀਟ 'ਚ ਇਹ ਵਾਲੇ ਮੁੱਦਾ ਦਾ ਕਾਫੀ ਰੌਲਾ ਤਾਂ ਕਰਕੇ ਆ ਹਾਈਪ ਨਾ ਬਣੀ ਹੋਈ ਆ, ਕਿਉਂਕਿ ਇੱਥੇ ਲੋਕ 100-100 ਗੱਜ ਜ਼ਮੀਨ ਪਿੱਛੇ ਇੱਕ ਦੂਜੇ ਨਾਲ ਲੜ ਪੈਂਦੇ ਆ, ਪਰ ਇਹਨਾਂ ਦੀ ਇੰਨੀ ਜ਼ਿਆਦਾ ਜ਼ਮੀਨ ਆ ਫਿਰ ਵੀ ਇਹ ਮੀਡੀਆ 'ਚ ਮਤਲਬ ਇੱਕ ਦੂਜੇ ਖਿਲਾਫ਼ ਕੋਈ ਵੀ ਬਿਆਨ ਨਹੀਂ ਦਿੰਦੇ, ਇਹ ਅੰਦਰੋਂ ਅੰਦਰੀ ਗੱਲਬਾਤ ਕਰਦੇ ਆ ਸਾਰੇ, ਚਾਹੇ ਰੌਲਾ ਵੀ ਚੱਲ ਰਿਹਾ ਤਾਂ ਵੀ ਇਹ ਪਤਾ ਨਹੀਂ ਲੱਗਣ ਦਿੰਦੇ ਵੀ ਸਾਡੇ 'ਚ ਰੌਲਾ ਚੱਲ ਰਿਹਾ। ਇਹ ਵਧੀਆ ਇੱਕ ਦੂਜੇ ਨਾਲ ਮਿਲਦੇ ਜੁਲਦੇ ਆ, ਇੱਕ ਦੂਜੇ ਦੀਆਂ ਕੰਪਨੀਆਂ ਵੀ ਸਾਂਭਦੇ ਆ, ਇਹੀ ਬਾਈ ਜੀ ਖਾਨਦਾਨੀ ਲੋਕਾਂ ਦੀਆਂ ਨਿਸ਼ਾਨੀਆਂ ਹੁੰਦੀਆਂ। ਇਹ ਵਾਲੀ ਕਹਾਣੀ ਤੋਂ ਆਪਾਂ ਨੂੰ ਮੇਨ ਇਹੀ ਸਿੱਖਣ ਨੂੰ ਮਿਲਦਾ ਵੀ ਜ਼ਮੀਨ ਦੀ ਜਿਹੜੀ ਵੈਲਿਊ ਆ ਉਹ ਹਮੇਸ਼ਾ ਵੱਧਦੀ ਹੋਈ ਰਹਿੰਦੀ ਆ। ਇਹੀ ਜੇ ਇਹਨਾਂ ਨੇ ਕੋਈ ਕਾਰ ਖਰੀਦੀ ਹੁੰਦੀ ਜਾਂ ਹੋਰ ਚੀਜ਼ ਖਰੀਦੀ ਹੁੰਦੀ ਜਿਹਦੀ ਅੱਗੇ ਜਾ ਕੇ ਵੈਲਿਊ ਘੱਟਦੀ ਆ ਤਾਂ ਉਹਨਾਂ ਨੂੰ ਕਿੰਨਾ ਘਾਟਾ ਪੈਣਾ ਸੀ, ਪਰ ਜ਼ਮੀਨ ਇੱਕ ਇਹੋ ਜਿਹੀ ਚੀਜ਼ ਆ ਜਾਂ ਹੋਰ ਤੁਸੀਂ ਕੋਈ ਵੀ ਇਨਵੈਸਟਮੈਂਟ ਐਸਟ ਮੰਨ ਲਓ ਜਿਹੜੀ ਚੀਜ਼ ਦੀ ਅੱਗੇ ਜਾ ਕੇ ਵੈਲਿਊ ਵਧਣੀ ਆ, ਜੇ ਆਪਾਂ ਉਹ ਚੀਜ਼ਾਂ ਖਰੀਦਦੇ ਹਾਂ ਤਾਂ ਉਹ ਅੱਗੇ ਜਾ ਕੇ ਫਾਇਦਾ ਹੀ ਫਾਇਦਾ ਦਿੰਦੀਆਂ। ਅਤੇ ਦੂਜੀ ਗੱਲ ਇਹ ਸਿੱਖਣ ਨੂੰ ਮਿਲਦੀ ਆ ਵੀ ਹਰੇਕ ਚੀਜ਼ ਦਾ ਹੱਲ ਹਰੇਕ ਗੱਲ ਦਾ ਹੱਲ ਬਿਨਾਂ ਝਗੜੇ ਵੀ ਹੋ ਜਾਂਦਾ, ਤਾਂ ਕਰਕੇ ਆਪਾਂ ਨੂੰ ਸਾਰਿਆਂ ਨਾਲ ਮਿਲ ਜੁਲ ਕੇ ਰਹਿਣਾ ਚਾਹੀਦਾ, ਆਪਣੇ ਭੈਣ ਭਰਾਵਾਂ ਨਾਲ ਬਣਾ ਕੇ ਰੱਖਣੀ ਚਾਹੀਦੀ ਆ, ਅਤੇ ਉਹੀ ਐਂਡ 'ਤੇ ਆਪਣੇ ਕੰਮ ਆਉਂਦੀ ਆ। ਅਤੇ ਬਾਕੀ ਬਾਈ ਜੀ ਮੈਨੂੰ ਕਮੈਂਟ ਕਰਕੇ ਦੱਸਿਓ ਇਹ ਸਟੋਰੀ ਤੁਹਾਨੂੰ ਕਿੱਦਾਂ ਦੀ ਲੱਗੀ, ਅਤੇ ਆਪਾਂ ਹੋਰ ਵੀ ਇੱਦਾਂ ਦੀਆਂ ਵੀਡੀਓ ਇੰਟਰਸਟਿੰਗ ਵੀਡੀਓਆਂ ਅਤੇ ਹੋਰ ਤੁਹਾਡੇ ਕੰਮ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਨੇਕ ਪੰਜਾਬੀ ਸਟੇਟ 'ਤੇ, ਤਾਂ ਕਰਕੇ ਇਹਨੂੰ ਵੀਡੀਓ ਨੂੰ ਲਾਈਕ ਮਾਰ ਦਿਓ, ਸ਼ੇਅਰ ਕਰ ਦਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਧੰਨਵਾਦ ਜੀ।